ਜਿਹੜੀ ਚੈਨਲ ਰੋਡ ਫੜੀ ਗਈ ਆ, ਕਿੱਥੋਂ ਫੜੀ ਗਈ ਤੇ ਕਿੰਨੇ ਬੰਦੇ ਅਰੈਸਟ ਕੀਤੇ ਗਏ? ਮੇਰਾ ਨਾਮ ਐਸਏ ਜਰਨੈਲ ਸਿੰਘ ਹੈ ਜੀ, ਸੀਆਈ ਟੂ ਬਠਿੰਡਾ ਲੱਗਿਆ ਹੋਇਆ। ਐਸਐਸਪੀ ਸਾਹਿਬ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਐਸਆਈ ਪਰਮਿੰਦਰ ਸਿੰਘ ਨੇ 9 ਅਗਸਤ ਤੋਂ 50 ਗੱਟੇ ਚੈਨਲ ਰੋਡ ਦੇ ਬਰਾਮਦ ਕੀਤੇ ਹੈ, ਜਿਨ੍ਹਾਂ 'ਤੇ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਚੈਨਲ ਰੋਡ ਦੀ ਵਰਤੋਂ ਨਾ ਕਰੋ। ਸਾਰਾ ਮਹਿਕਮਾ, ਪੰਜਾਬ ਸਰਕਾਰ ਵੱਲੋਂ ਪਰਜੋਰ ਅਪੀਲ ਹੈ ਵੀ ਚੈਨਲ ਰੋਡ ਦੀ ਵਰਤੋਂ ਨਾ ਕੀਤੀ ਜਾਵੇ। ਇਹਦਾ ਵੀ ਮੁਕੱਦਮਾ ਦਰਜ ਹੈ ਬੰਦੇ 'ਤੇ, ਕੀ ਨਾਮ ਕੀ ਹੈ ਬੰਦੇ ਦਾ? ਇਹਦਾ ਨਾਂ ਹੈ ਜੀ ਮੋਹਿਤ ਪੁੱਤਰ ਮਹਾਂਵੀਰ, ਪ੍ਰਤਾਪ ਨਗਰ ਦਾ ਰਹਿਣ ਵਾਲਾ ਹੈ ਅਤੇ 2019 'ਚ ਵੀ ਇਹ 'ਤੇ ਮੁਕੱਦਮਾ ਦਰਜ ਹੋਇਆ। ਭਾਈ ਤੁਹਾਡਾ ਜੀ ਕੀ ਕਹਿਣਾ ਚਾਹੁੰਦੇ, ਜਿਹੜੀ ਚੈਨਲ ਰੋਡ ਫੜੀ ਗਈ ਆ, ਕਿੱਥੋਂ ਫੜੀ ਗਈ ਅਤੇ ਕਿੰਨੇ ਬੰਦੇ ਅਰੈਸਟ ਕੀਤੇ ਗਏ? ਮੇਰਾ ਨਾਮ ਐਸਏ ਜਰਨੈਲ ਸਿੰਘ ਹੈ ਜੀ, ਸੀਆਈ ਟੂ ਬਠਿੰਡਾ ਲੱਗਿਆ ਹੋਇਆ। ਐਸਐਸਪੀ ਸਾਹਿਬ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਐਸਆਈ ਪਰਮਿੰਦਰ ਸਿੰਘ ਨੇ 9 ਅਗਸਤ ਤੋਂ 50 ਗੱਟੇ ਚੈਨਲ ਰੋਡ ਦੇ ਬਰਾਮਦ ਕੀਤੇ ਹੈ, ਜਿਨ੍ਹਾਂ 'ਤੇ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਚੈਨਲ ਰੋਡ ਦੀ ਵਰਤੋਂ ਨਾ ਕਰੋ। ਸਾਰਾ ਮਹਿਕਮਾ, ਪੰਜਾਬ ਸਰਕਾਰ ਵੱਲੋਂ ਪਰਜੋਰ ਅਪੀਲ ਹੈ ਵੀ ਚੈਨਲ ਰੋਡ ਦੀ ਵਰਤੋਂ ਨਾ ਕੀਤੀ ਜਾਵੇ। ਇਹਦਾ ਵੀ ਮੁਕੱਦਮਾ ਦਰਜ ਹੈ ਬੰਦੇ 'ਤੇ, ਕੀ ਨਾਮ ਕੀ ਹੈ ਬੰਦੇ ਦਾ? ਇਹਦਾ ਨਾਂ ਹੈ ਜੀ ਮੋਹਿਤ ਪੁੱਤਰ ਮਹਾਂਵੀਰ, ਪ੍ਰਤਾਪ ਨਗਰ ਦਾ ਰਹਿਣ ਵਾਲਾ ਹੈ ਅਤੇ 2019 'ਚ ਵੀ ਇਹ 'ਤੇ ਮੁਕੱਦਮਾ ਦਰਜ ਹੋਇਆ।